ਦੇਸ ਵਿਚਲੇ ਸੂਬੇ ਪਾਰ ਦੇ ਵਿੱਚ ਜੋ ਵੋਟਾਂ ਦਾ ਅਮਲ ਹੈ ਮੁਕੰਮਲ ਹੋ ਚੁੱਕਿਆ ਹੈ ਸਵੇਰੇ 8 ਵਜੇ VOTING ਸ਼ੁਰੂ ਹੋਈ ਸੀ ਤੇ 4 ਵਜੇ VOTING ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਇਸ ਵੇਲੇ ਗਿਣਤੀ ਜਿਹੜੀ ਆ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਜੋ ਐਲਾਨ ਹੈ ਉਹ ਵੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦਾ ਅੱਜ ਮਾਹੌਲ ਰਿਹਾ ਹਾਲਾਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਝੜਪਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਦਾ ਰੋਕ ਰਾ ਕੇ ਸਾਡੇ ਸਹਿਯੋਗੀ ਸਾਹਿਲ ਇਸ ਵੇਲੇ ਸਾਡੇ ਨਾਲ ਨਵਾਂ ਸ਼ਹਿਰ ਤੋਂ ਜੁੜੇ ਨੇ ਸਾਹਿਲ ਕੀ ਕੁਝ ਇਸ ਵੇਲੇ ਤਸਵੀਰਾਂ ਨੇ ਵੋਟਾਂ ਦਾ ਅਮਲ ਮੁਕੰਮਲ ਹੋਇਆ ਏ ਕੀ ਕੁਝ ਇਸ ਵੇਲੇ ਅਪਡੇਟ ਅ ਬਿਲਕੁਲ ਕੁਲਵਿੰਦਰ ਐਸਮਿਕ ਅਸੀਂ ਨਵਾਂ ਸ਼ਹਿਰ ਦੇ ਪਿੰਡ ਜਾੜਲਾ ਦੇ ਵਿੱਚ ਖੜੇ ਆਂ ਔਰ ਜਾੜਲਾ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਹੋਈਆਂ ਨੇ ਇਹ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੋਈ ਹੈ ਹੁਣ ਸਿਰਫ ਨਤੀਜਿਆਂ ਦੀ ਪ੍ਰਕਿਰਿਆ ਉਹ ਸ਼ੁਰੂ ਹੋਣੀ ਹੈ ਕਿਉਂਕਿ ਜੇਕਰ ਗੱਲ ਕਰੀਏ ਜਾੜਲਾ ਦੀ ਤਾਂ ਜਾੜਲਾ ਦੇ ਵਿੱਚ ਚਾਰ ਜੇ ਲਗਭਗ ਗੱਲ ਕਰੀਏ ਤਾਂ ਕੁੱਲ 9 ਜਿਹੜੇ ਵਾਰਡ ਸੀਗੇ ਉਹਨਾਂ 9 ਵਾਰਡਾਂ ਦੇ ਚਾਰ ਬੂਥ ਬਣਾਏ ਗਏ ਸੀਗੇ ਦੋ ਬੂਥ ਜਿਹੜੇ ਨੇ ਉਹ ਪਿਛਲੇ ਸਰਕਾਰੀ ਸਕੂਲ ਸੀਗੇ ਔਰ ਦੋ ਬੂਥ ਇਸ ਸਰਕਾਰੀ ਸਕੂਲ ਸੀਗੇ ਜਿਸ ਜਿਸ ਸਰਕਾਰੀ ਸਕੂਲ ਦੇ ਵਿੱਚ ਅਸੀਂ ਖੜੇ ਆਂ ਸੋ ਕੁਝ ਹੀ ਸਮੇਂ ਦੇ ਵਿੱਚ ਉਹ ਜਿਹੜੇ ਦੋ ਬੂਥਾਂ ਦੇ ਬੈਰਟ ਬਾਕਸਿਸ ਨੇ ਉਹ ਇੱਥੇ ਆਣਗੇ ਔਰ ਇਸ ਤੋਂ ਬਾਅਦ ਇੱਥੇ ਜਿਹੜੀ ਹੈ ਗਿਣਤੀ ਸ਼ੁਰੂ ਹੋ ਜਾਏਗੀ ਔਰ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਫੈਸਲਾ ਜਿਹੜਾ ਹੈ ਕੀਤਾ ਜਾਏਗਾ ਐ ਐਲਾਨ ਜਿਹੜਾ ਕੀਤਾ ਜਾਏਗਾ ਕਿ ਕੌਣ ਜਾੜਲਾ ਪਿੰਡ ਦਾ ਸਰਪੰਚ ਹੋਏਗਾ ਕਿਉਂਕਿ ਤਸਵੀਰਾਂ ਤੁਹਾਨੂੰ ਇੱਕ ਵੇਲੇ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਪੁਲਿਸ ਇੱਥੇ ਪ੍ਰੋਪਰ ਤੌਰ ਦੇ ਉੱਤੇ ਮੌਜੂਦ ਹੈ ਸਟਾਫ ਇੱਥੇ ਪ੍ਰੋਪਰ ਤੌਰ ਦੇ ਉੱਤੇ ਮੌਜੂਦ ਹੈਗਾ ਔਰ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈ ਜਿਹਨੇ ਕੈਂਡੀਡੇਟ ਹੈਗੇ ਨੇ ਜਿਹ ਬਤੌਰ ਸਰਪੰਚ ਇੱਥੇ ਚੋਣ ਲੜ ਰਹੇ ਨੇ ਔਰ ਇੱਥੇ ਤੁਹਾਨੂੰ ਕੁਝ ਸਮੇਂ ਦੇ ਵਿੱਚ ਜਿਹੜਾ ਹੈ ਗਿਣਤੀ ਦੇ ਬੈਲਟ ਬਾਕਸਸ ਵੀ ਆਣੇ ਜਿਹੜੇ ਬੈਲਟ ਬਾਕਸਸ ਹੈਗੇ ਨੇ ਵੋਟਰ ਦੇ ਉਹ ਵੀ ਤੁਹਾਨੂੰ ਦਿਖਾਈ ਦੇਣਗੇ ਔਰ ਉਸ ਤੋਂ ਬਾਅਦ ਗਿਣਤੀ ਕਿਸ ਤਰੀਕੇ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਦੋ ਕੈਂਡੀਡੇਟਸ ਹੈਗੇ ਨੇ ਉਹ ਇੱਥੇ ਪਹੁੰਚਦੇ ਨੇ ਔਰ ਉਹਨਾਂ ਵੱਲੋਂ ਜਿਹੜਾ ਹੈ ਕਿ ਉਹਨਾਂ ਚੋਂ ਕਿਹੜਾ ਇੱਕ ਕੈਂਡੀਡੇਟ ਜਿਹੜਾ ਜੇਤੂ ਹੋਏਗਾ ਉਸ ਦਾ ਐਲਾਨ ਇੱਥੇ ਹੋ ਜਾਏਗਾ ਪਰ ਕੁਝ ਸਮੇਂ ਦੇ ਵਿੱਚ ਗਿਣਤੀ ਦਾ ਸਮ ਜਿਹੜਾ ਹੈਗਾ ਹੁਣ ਕਹਿ દઈએ ਕਿ ਗਿਣਤੀ ਨੂੰ ਵੀ ਗਿਣਤੀ ਦਾ ਸਮਾ ਬਾਕੀ ਰਹਿ ਗਿਆ ਹੋਇਆ ਜਿਸ ਤੋਂ ਬਾਅਦ ਐਲਾਨ ਜਿਹੜ ਦਾ ਸਰਪੰਚ ਹੋਏਗਾ ਔਰ ਕਿਸ ਦੇ ਸਰਪੰਚੀ ਦਾ ਸਹਰਾ ਸੱਜੇਗਾ ਠੀਕ ਹੈ ਸਾਇਲ ਤੁਸੀਂ ਬਣੇ ਦਿਓ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਰਹੋ ਜੀਰਾ ਤੋਂ ਸਾਡੇ ਪੱਤਰਕਾਰ ਦਲਜੀਤ ਸਿੰਘ ਤੇ ਡੇਰਾ ਬੱਬਾ ਨਾਨਕ ਤੋਂ ਮਨਜਿੰਦਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ ਦਲਜੀਤ ਜੀਰਾ ਦੇ ਵਿੱਚ ਕੀ ਕੁਝ ਪ੍ਰਕਿਰਿਆ ਰਹੀ ਹੈ ਜਿੱਥੇ ਤੁਸੀਂ ਮੌਜੂਦ ਹੋ ਕਿਹੜਾ ਪਿੰਡ ਹੈ ਤੇ ਕਿਵੇਂ ਦਾ ਅਜ ਪੂਰਾ ਵੋਟਾਂ ਦਾ ਅਮਲ ਅੱਥੇ ਰਿਹਾ ਬਿਲਕੁਲ ਕੁਲਵਿੰਦਰ ਇਸ ਵਕਤ ਹਦਾਸਾ ਪਿੰਡ ਵਿੱਚ ਹੀ ਮੌਜੂਦ ਹਾਂ ਜੋ ਜੀਰਾ ਦਾ ਇੱਕ ਵੱਡਾ ਪਿੰਡ ਆ ਅਤੇ ਜਿਸ ਤਰੀਕੇ ਦੇ ਨਾਲ ਤਕਰੀਬਨ ਜੀਰਾ ਦੇ ਵਿੱਚ 35% ਜਿਹੜੀ ਕਿ ਵੋਟਪਾਲ ਅੱਜ ਦਿਨ ਭਰ ਦੇ ਵਿੱਚ ਹੋਈ ਤਕਰੀਬਨ 8 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜੋ ਸਮਾਂ ਸੀਗਾ ਉਸ ਦੌਰਾਨ ਤਕਰੀਬਨ 35% ਜੋ ਵੋਟਪਾਲ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਜੋ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ ਤੇ ਕੁਝ ਕਹਿ ਸਕਦੇ ਕਿ ਜਦ ਗੇਟ ਬੰਦ ਹੁੰਦੇ ਆ ਤਾਂ ਕੁਝ ਜਿਹੜੇ ਵਿਅਕਤੀ ਰਹਿ ਜਾਂਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰ ਬੁਲਾ ਲਿੱਤਾ ਜਾਂਦਾ ਕਿਉਂਕਿ ਤਾਂ ਜੋ VOTING ਦੀ ਪ੍ਰਕਿਰਿਆ ਨੂੰ ਕਿਤੇ ਨਾ ਕਿਤੇ ਮਕਾਮਾ ਕੀਤਾ ਜਾ ਸਕਤੇ ਹਜੇ ਕਹਿ ਦਿੱਤਾ ਕਿ ਕੁਝ ਕੁਝ ਲੋਕਾਂ ਵੱਲੋਂ ਜੋ ਅੰਦਰ ਸੀਗੇ ਮੌਜੂਦ ਉਹਨਾਂ ਦੀ ਵੋਟਿੰਗ ਬਾਕੀ ਆ ਤੇ 5 ਤੋਂ 10 ਮਿੰਟ ਦੇ ਵਿੱਚ ਕਾਰ ਜਿਹੜਾ ਕਿ ਇਸ ਇਸ ਪਿੰਡ ਦੇ ਵਿੱਚ ਤਕਰੀਬਨ ਜਿਹੜੀ ਕਿ ਗਿਣਨੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਦਿਨਪੜ ਦੇ ਵਿੱਚ ਜਿਸ ਤਰੀਕੇ ਨਾਲ ਜੀਰੇ ਦੇ ਵਿੱਚ ਖੱਸ਼ਾ ਸਾਰੇ ਪੰਜਾਬ ਪੰਜਾਬ ਦੇ ਲੋਕਾਂ ਨੂੰ ਦਿਤਾਇਆ ਜਾ ਰਿਹਾ ਕਿ ਜੀਰੇ ਦੇ ਵਿੱਚ ਕੋਈ ਅਨਹੋੜੀ ਕਰਨਾ ਜਿਹੜੀ ਕਿ ਦੇਖਣ ਨੂੰ ਮਿਲੇ ਕਿ ਪਰ ਕਿਤਨੇ ਖਤੇ ਜੀਰਾ ਜੀਰਾ ਦੇ ਵਿੱਚ ਕੋਈ ਅਜਿਹੀ ਮਾਮਲਾ ਜਿਹੜਾ ਕਿ ਅੱਜ ਨਹੀਂ ਸਾਹਮਣੇ ਆਇਆ ਪਰ ਕਿਤਨੇ ਖਤੇ ਜੋ ਇਸ ਪਿੰਡ ਦੇ ਵਿੱਚ ਲੱਗ ਤਾ ਰੱਜ ਕਿਸਦੀ ਕਿ ਸੁਰੱਖਿਆ ਬਲ ਕਾਫੀ ਲਗਾਇਆ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੇ ਡੀਐਸਪੀ ਐਸਐਚਓ ਰੈਂਕ ਦੇ ਅਫਸਰ ਜਿਹੜੇ ਕਿ ਮੌਜੂਦ ਨੇ ਅਤੇ ਸੁਰੱਖਿਆ ਬਲ ਪੁਲਿਸ ਕਰਮੀ ਲਗਾਏ ਗਏ ਨੇ ਅਤੇ ਕੁਝ ਹੀ ਦੇਰ ਦੇ ਵਿੱਚ ਜਦ VOTING ਪ੍ਰਕਿਰਿਆ ਜੋ ਕਿਸਦੀ ਕਿ VOTING ਗਿਣਤੀ ਜਿਹੜੀ ਕਿ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਲੋਕ ਜਿਹੜੇ ਕਿ ਬਸਬਰੀ ਨਾ ਜਾਰੀ ਹੈ ਕਿ VOTING ਪ੍ਰਕਿਰਿਆ ਮੁਕੰਮਲ ਹੋ ਚੁੱਕੀ ਆਸੀਂ ਦੇਖ ਰਿਹਾ ਕਿ ਲੋਕ ਖੜੇ ਹੋਏ ਨੇ ਹਲੇ ਵੀ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਲੋਕ ਇੱਥੇ ਅ ਕੋਲਵਿੰਦਰ ਸਿੱਧੇ ਤੌਰ ਤੇ ਕੁਝ ਲੋਕ ਉਹ ਬਾਕੀ ਨੇ ਜਿਹੜੇ ਕਿ ਕਹਿੰਦੇ ਕਿ 4 ਵਜ ਜਾਂਦੇ ਆ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਅੰਦਰ ਬੁਲਾ ਲਿੱਤਾ ਜਾਂਦਾ ਤਾਂ ਕਹਿੰਦੇ ਕਿ ਜਦ ਗੇਟ ਜਦ ਬੰਦ ਹੋਣ ਲੱਗਦੇ ਨੇ ਉਹ ਵਿਅਕਤੀ ਕੁਝ ਮੌਜੂਦ ਨਹੀਂ ਕਿਉਂਕਿ ਆਮ ਤੌਰ ਤੇ ਜਦ ਪਹਿਲਾਂ ਲੋਕ ਸਭਾ ਜਾਂ ਵਿਧਾਨ ਸਭਾ ਦੀ ਵੋਟਾਂ ਦੀ ਕੰਪੈਰੀਸ਼ਨ ਕੀਤਾ ਜਾਵੇ ਤਾਂ ਇਹ ਵੋਟਾਂ ਦੇ ਵਿੱਚ ਤਕਰੀਬਨ ਬੈਲਟ ਪੇਪਰ ਤੇ ਇਹ ਚੋਣ ਹੁੰਦੀ ਹੈ ਬੈਲਟ ਪੇਪਰ ਦੇ ਨਾਲ ਕਿਤੇ ਨਾ ਕਿਤੇ ਰਫ਼ਤਾਰ ਤੇ ਬਹੁਤ ਅਸਰ ਪੈਂਦਾ ਉਸੇ ਦੇ ਮੱਦੇ ਨਜ਼ਰ ਇਸ ਪੁਆਇੰਟ ਦੇ ਵਿੱਚ ਵੀ ਇਹ ਰਫ਼ਤਾਰ ਤੇ ਅਸਰ ਪਿਆ ਤੇ ਉਹ ਉਸੇ ਨਤੀਜੇ ਵਜੋਂ ਕੁਝ ਲੋਕ ਹਜੇ ਬਾਕੀ ਨਹੀਂ ਤੇ ਕੋ तकरीबन ਕੁਝ ਕੁ ਲੋਕ ਰਹਿ ਗਏ ਨੇ ਉਸ ਤੋਂ ਬਾਅਦ ਜਿਹੜੀ ਕਿ ਗਿਣਤੀ ਸ਼ੁਰੂ ਹੋ ਜਾਵੇਗੀ ਜੋ ਉਮੀਦਵਾਰ ਸੀਗੇ ਉਹਨਾਂ ਨੂੰ ਬੁਲਾਣਾ ਸ਼ੁਰੂ ਕਰ ਦਿੱਤਾ ਗਿਆਗਾ ਉਹਨਾਂ ਦੇ ਸਾਹਮਣੇ ਜਿਹੜੀ ਕਿ ਗਿਣਤੀ ਕੀਤੀ ਜਾਵੇਗੀ ਜੋ ਵੀ ਕਹੇ ਜਿੰਨਾ ਮਤਦਨ ਹੋਇਆ ਉਹਨਾਂ ਦੇ ਸਾਹਮਣੇ ਜਿਹੜੇ ਕਿ ਜੋ ਕਹੇ ਕਿ ਜੋ ਵੈਲਟ ਪੇਪਰ ਦੇ ਸਾਹਮਣੇ ਰੱਖੇ ਜਾਣਗੇ ਅਤੇ ਜਿੰਨੀ ਵੀ ਗਿਣਤੀ ਹੋਵੇ ਉਹਨਾਂ ਦੇ ਸਾਹਮਣੇ ਕੀਤੀ ਜਾਵੇਗੀ ਅਤੇ ਕੁਝ ਹੀ ਦੇਰ ਦੇ ਵਿੱਚ ਰੁਝਾਨਾ ਨੇ ਵੀ ਸ਼ੁਰੂ ਹੋ ਜਾਣਗੇ ਕਿ ਕਿਹੜੇ ਸਰਪੰਚ ਜਾਂ ਪੰਚ ਨੇ ਜਿਹੜੇ ਕਿ ਅੱਜ ਜਿਹੜੀ ਇਹਨੇ ਦਿਨਾਂ ਤੋਂ ਬਾਅਦ ਇਹਨੇ ਸੰਘਰਸ਼ ਤੋਂ ਬਾਅਦ ਅੱਜ ਬਾਜ਼ੀਮਬਾਰੀ ਠੀਕ ਹੈ ਤਾਂ ਜਾਨੀ ਕਿ 4 ਵਜੇ ਜਿਹੜੇ ਲੋਕ ਆ ਕੇ ਲਾਈਨਾਂ ਦੇ ਵਿੱਚ ਲੱਗ ਚੁੱਕੇ ਸੀ ਉਹ ਆਪਣਾ ਵੋਟ ਪਾ ਸਕਦੇ ਆ ਕਿਉਂਕਿ ਵੈਲਟ ਪੇਪਰ ਨਾਲ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਸੀ ਕਿ ਪ੍ਰਕਿਰਿਆ 'ਤੇ ਜ਼ਰੂਰ ਅਸਰ ਰਹਿੰਦਾ ਹੈ ਹੌਲੀ ਜਿਹੜੀ VOTING ਹੁੰਦੀ ਹੈ ਤਾਂ ਲੋਕ ਵੀ ਜਿਹੜੇ ਅਖੀਲੇ ਸਮੇਂ ਦੇ ਵਿੱਚ ਆਏ ਨੇ ਮੰਜੇਂਦਰ ਦਾ ਰੁਕ ਕਰਦੇ ਆ ਡੇਰਾ ਬਾਬਾ ਨਾਨਕ ਚ ਮੰਜੇਂਦਰ ਕਿਹੜੇ ਪਿੰਡ ਚ ਮੌਜੂਦ ਹੋ ਤੁਸੀਂ ਤੇ ਅੱਜ ਪੂਰਾ ਜਿਹੜਾ ਵੋਟਾਂ ਦਾ ਅਸੀਂ ਕਹੀਏ ਅਮਲ ਕਿਸ ਤਰੀਕੇ ਦਾ ਰਿਹਾ ਸ਼ਾਂਤਮਈ ਮੁਕੰਮਲ ਹੋ ਗਿਆ ਤੇ ਇਸ ਵੇਲੇ ਕੀ ਅਪਡੇਟ ਹੈ ਔਰ ਬਿਲਕੁਲ ਕਲਵਿੰਦਰ ਡੇਰਾ ਬਾਬਾ ਨਾਨਕ ਦੇ ਸ਼ਾਮਪੁਰਾ ਪਿੰਡ ਦੇ ਵਿੱਚ ਮੌਜੂਦ ਹੈ ਕਿ ਜਿੱਥੇ ਕਿ 4 ਵਜੇ ਤੋਂ ਬਾਅਦ ਜਿਹੜਾ ਗੇਟ ਸਕੂਲ ਦਾ ਬੰਦ ਕਰ ਦਿੱਤਾ ਗਿਆ ਸੀ ਸੰਯੋਗੀ ਨੂੰ ਕੋਕਾ ਦਿਖਾਇਆ ਜਾਵੇ ਅਦੇ ਸਦਕ 4 ਵਜੇ ਤੋਂ ਬਾਅਦ ਗੇਟ ਬੰਦ ਕਰ ਦਿੱਤਾ ਗਿਆ ਜਿਹੜੇ ਵੋਟ ਵਾਲੇ ਸੀ ਉਹਨਾਂ ਨੂੰ ਅੰਦਰ ਐਂਟਰ ਕਰ ਦਿੱਤਾ ਗਿਆ ਤੇ ਪੂਰੇ ਪਿੰਡ ਦੇ ਵਿੱਚ ਮਾਹੌਲ ਬਿਲਕੁਲ ਸ਼ਾਂਤਪੁਰ ਨੇ ਮੇਰੇ ਸਹਿਯੋਗੀ ਵੀ ਮੇਰੇ ਨਾਲ ਜਿਹੜੇ ਕਿ ਸਵੇਰ ਤੋਂ ਹੀ ਇਹ ਕਵਰ ਕਰ ਰਹੇ ਸੀ ਇਸ ਚੀਜ਼ ਨੂੰ ਪਰ ਕਈ ਜਗ੍ਹਾ ਦੇ ਉੱਪਰ ਗੋਲੀ ਲੜਾਈ ਝਗੜੇ ਹੋਏ ਨੇ ਕਈ ਜਗ੍ਹਾ ਤੋਂ ਪੱਗਾ ਉੱਤਰੀਏ ਨੇ ਪਰ ਪੁਲਿਸ ਦੇ ਵੱਲੋਂ ਪੂਰਾ ਕੰਟਰੋਲ ਕਰ ਲ ਲਗਿਆ ਸੀ 4 ਵਜੇ ਤੋਂ ਪਹਿਲਾਂ ਤੋਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਾਂ ਪਰ ਹੁਣ ਕਹਿ ਸਕਦਾ ਕਿ ਜੇ ਜਿਹੜੀ VOTING ਆ ਉਹ ਕਿੰਨੀ ਹੋਈ ਉਹ ਗੱਲਬਾਤ ਵੀ ਅਸੀਂ ਕਰਾਂਗੇ ਇਹ ਕੀ ਕਹਣਾ ਚਾਹੋਗੇ ਕਿ ਤੁਸੀਂ ਸਵੇਰ ਦਾ ਹੀ ਕਵਰ ਕਰਦੇ ਪਏ ਹੋ ਕੀ ਸਥਿਤੀ ਪਿੰਡਾਂ ਦੀ ਹੈਗੀ ਆ ਇਸ ਪਿੰਡ ਦੀ ਕਿੰਨੀ ਸਥਿਤੀ ਹੈ ਡੇਰਾ ਬਾਬਾ ਨਾਨਕ ਦੀ ਸ਼ਾਹਪੁਰੇ ਪਿੰਡ ਜੇਕਰ ਹੁਣ ਮੌਕੇ ਦੀ ਗੱਲ ਕੀਤੀ ਸਾਢੇ 5 ਚੱਲੇ ਆ ਸਾਢੇ 5 ਟਾਈਮ ਹੋ ਗਏ ਬਾ ਵੀ ਅਜੇ ਪੁਲ ਵੋਟਾਂ ਨਾਲ ਪੈ ਰੀਆਂ ਨੇ ਕੋ ਵੋਟਾਂ ਅਜੇ ਵੀ ਜੇ ਗੱਲ ਕੀਤੀ ਚਾਵੇ ਗੇਟ ਬੰਦ ਕਰਤਾ ਗੇਟ ਬੰਦ ਕਰਨੇ ਬਾਜ਼ੂਰ ਵੀ ਅਜੇ ਪਾ ਲਗਾ 60 70 ਵੋਟਾਂ ਆਉਣ ਵਾਲੀਆਂ ਨੇ ਇਹਦਾ ਮਤਲਬ ਜੇ 5:30 ਵਜੇ ਤੱਕ ਇਹ ਵੋਟਾਂ ਪੋਲੀਆਂ ਹੋਈਆਂ ਇਹ ਮਸ਼ੇਰ ਉੱਪਰ ਟਾਈਮ ਹੋਏਗਾ ਹੋਏਗਾ ਇਹ ਤਾਂ ਕਲੀਅਰ ਗੱਲ ਆ ਤੇ ਜਦੋਂ ਅਸੀਂ ਗਿਣਤੀ ਦੀ ਗੱਲ ਕੀਤੀ ਗਿਣਤੀ ਤੇ ਜੇ 6:30 6:30 ਵਜੇ ਤੇ ਜੇ ਮੈਂ ਗਿਣਤੀ ਦਾ ਜਿਹੜਾ ਰਿਜ਼ਲਟ ਆਏ 9 10 ਜਾਣੇ ਵਜਣਗੇ ਕਈ ਜਗ੍ਹਾ ਬਟਾਲਾ ਚ ਹੋ ਗਿਆ ਗਰਦਾਸਪੁਰ ਹੋ ਗਿਆ ਡੇਰਾਵਾ ਬੰਨਣਾ ਕਈ ਜਗ੍ਹਾ ਤੇ ਲੜਾਈ ਝਗੜੇ ਕਾਫੀ ਹੋਏ ਨੇ ਇਹ ਸਭ ਇਹ ਜਿਹੜੇ ਲਾਂਬਲੇ ਇਹਨਾਂ ਦੇ ਪਿੰਡ ਹੈਗੇ ਨੇ ਇੱਥੇ ਸਥਿਤੀ ਕਿੱਦਾਂ ਦੀ ਰਹੀ ਇਸ ਜੀ ਬਿਲਕੁਲ ਠੀਕ ਹੀ ਰਹੀ ਹੈ ਤੇ ਕੋਈ ਪਰੌਣ ਕੋਈ ਇਵੈਂਟ ਹੋਈ ਕਿਉਂਕਿ ਤਿੰਨ ਚੌਪੜਾਂ ਵਿੱਚ ਹੋਈ ਵੀ ਨਹੀਂ ਕੀ ਹੋਈ ਵੀ ਆ ਉਹ ਵੀ ਪ੍ਰਸ਼ਾਸਨ ਉਸ ਤਰ ਕਰਤਾ ਜੇ ਹੁੰਦੀ ਮੌਕੇ ਦੀ ਗੱਲ ਕੀਤੀ ਜਾਵੇ ਤੇ ਤੁਹਾਡੇ ਸਾਹਮਣੇ 5-7 ਮਿੰਟ ਪਹਿਲੇ ਪੈਟਰੋਲਿੰਗ ਪਾਰਟੀ ਆਈ ਸੀ ਉਹ ਵੇਖ ਕੇ ਤੇ ਜਿੰਨੇ ਵੀ ਲੱਗੇ ਇਹਦੇ ਬੂਥਾਂ ਨਾਲ ਖਲੋਤੇ ਸੀ ਉਹ ਸਾਰੇ ਬੰਨੇ ਦੂਰ ਕਰਤੇ ਗਏ ਆ ਤੇ ਅੰਦਰ ਦੀ ਕਮਿਊਨਿਟੀ ਆਪਣਾ ਅੰਦਰ ਹੀ ਗ ਤੇ ਜੇਸਾ ਨਾ ਵੋਟਾਂ ਪੋਲ ਹੋ ਰਹੀਆਂ ਨੇ ਅਜੇ ਪੰਜਾਬ ਚੁੰਨਿਆ ਸੜ ਦੇ 8:00 ਹੋ ਗਏ ਆ ਨੇ ਤੇ ਤੋਂ ਟਾਈਮ ਜਿਹੜਾ ਵੀ 6:30 ਮੇਰੇ ਹਿਸਾਬ ਨਾਲ 7:00 ਸ਼ੁਰੂ ਹੋਈ ਗਿਣਤੀ ਤੁਸੀਂ ਸਵੇਰ ਦੇ ਕਵਰ ਕਰਦੇ ਪਏ ਵੋਟਾਂ ਤੋਂ ਪਹਿਲਾਂ ਵੀ ਲੋਕਾਂ ਨਾਲ ਗੱਲਬਾਤ ਕਰਦੇ ਸੀ ਲੋਕਾਂ ਕੀ ਪਿੰਡਾਂ ਦੇ ਵਿੱਚ ਕੀ ਕਹਿ ਰਹੇ ਨੇ ਕਿਹੜਾ ਵਿਕਾਸ ਪਹਿਲਾਂ ਹੋਣਾ ਚਾਹੀਦਾ ਨਹੀਂ ਜੇ ਵਿਕਾਸ ਦੀ ਗੱਲ ਕੀ ਕੀਤੀ ਜਾਵੇ ਪਿੰਡਾਂ ਕੀ ਵਿਕਾਸ ਕਿੱਥੇ ਵੜਿਆ ਪਰ ਜਦੋਂ ਪਾਰਟੀਆਂ ਉਪਰੋਧੀ ਪਾਰਟੀ ਹੁੰਦੀਆਂ ਨੇ ਉਹਦੇ ਵਿਰੋਧਾ ਕਰਦੀਆਂ ਨੇ ਜੇਕਰ ਵਿਕਾਸ ਦੀ ਗੱਲ ਸ਼ਾਮਪੂਰੀ ਗੱਲ ਕੀਤੀ ਜਾਵੇ ਆਪਣਾ ਹਰਦਵਾਦੀ ਗੱਲ ਕੀਤੀ ਜਾਵੇ ਕੋਣ ਤੋ ਠੀਕ ਹੈ ਮਹਿੰਦਰ ਫਿਲਹਾਲ ਮੈਂ ਇੱਥੇ ਰੁਕਣਾ ਚਾਹਾਂਗਾ ਤੁਹਾਡਾ ਸਮਾਂ ਸਾਡੇ ਕੋਲ ਘੱਟ ਹੈ ਤੇ ਇਸ ਵੇਲੇ ਕੋਈ ਕਈ ਥਾਵਾਂ ਦੇ ਉੱਤੇ ਲੋਕ ਹਾਲੇ ਵੀ ਲਾਈਨ 'ਚ ਲੱਗੇ ਹੋਏ ਨੇ ਵੋਟਾਂ ਜਿਹੜੀਆਂ ਲੋਕਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਹਾਲੇ ਵੀ ਪਰ ਤੇ ਨਾਲ ਦੀ ਨਾਲ ਪ੍ਰਕਿਰਿਆ ਜਿਹੜੀ ਹੈ ਵੋਟਾਂ ਗਿਣਨ ਦੀ ਉਹ ਵੀ ਜਿਹੜੀ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ੁਰੂ ਹੋ ਰਹੀ ਹੈ ਤੇ ਨਤੀਜੇ ਵੀ ਆਉਣੇ ਥੋੜੀ ਦੇਰ ਦੇ ਵਿੱਚ ਸ਼ੁਰੂ ਹੋ